ਤੁਸੀਂ ਆਪਣੀ ਸਕਰੀਨ 'ਤੇ ਜੋ ਰਿਕਸ਼ੇ 'ਤੇ ਸਪੀਕਰ ਲਗਾ ਕੇ ਪਿੰਡ ਦੀਆਂ ਗਲੀਆਂ 'ਚ ਜਾਂਦੇ ਲੋਕਾਂ ਨੂੰ ਦੇਖ ਰਹੇ ਹੋ। ਇਹ ਕੋਈ ਆਮ ਲੋਕ ਨਹੀਂ ਨੇ ਅਤੇ ਨਾ ਹੀ ਇਹ ਕੋਈ ਕਿਸਾਨ ਨੇ। ਇਹ ਸਰਕਾਰੀ ਸਕੂਲ ਦੇ ਅਧਿਆਪਕ ਨੇ ਜੋ ਪਿੰਡ ਪਿੰਡ ਗਲੀ ਗਲੀ ਜਾ ਕੇ ਸਰਕਾਰੀ ਸਕੂਲਾਂ 'ਚ ਮਿਲਦੀਆਂ ਸਹੂਲਤਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਨੇ। ਇਹ ਅਧਿਆਪਕ ਪਿੰਡ ਦੇ ਗੁਰਦੁਆਰੇ, ਮੰਦਰ ਅਤੇ ਸੱਥਾਂ 'ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਤਾਂ ਜੋ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲਾਭਪਾਤਰੀ ਸਕੀਮਾਂ ਦਾ ਲਾਭ ਮਿਲ ਸਕੇ। ਇਹ ਅਧਿਆਪਕ ਉਹਨਾਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ ਕਹਿੰਦੇ ਨੇ ਅਤੇ ਵਿਸ਼ਵਾਸ ਦਿਵਾਉਂਦੇ ਨੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਜ਼ਿਆਦਾ ਫੀਸਾਂ ਦੇ ਕੇ ਪੜ੍ਹਾਉਂਦੇ ਨੇ। ਇਹਨਾਂ ਅਧਿਆਪਕਾਂ ਦੇ ਪ੍ਰਚਾਰ ਦਾ ਸਦਕਾ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਅਧਿਆਪਕਾਂ ਦਾ ਹੌਸਲਾ ਵਧਿਆ ਹੈ ਅਤੇ ਬੱਚਿਆਂ ਦੇ ਮਾਂ ਬਾਪ ਖੁਸ਼ ਨਜ਼ਰ ਆ ਰਹੇ ਨੇ। ਮੈਂ ਨਵਦੀਪ ਸੁੱਖੀ, ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ ਬ੍ਰਾਂਚ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਅਤੇ ਅਸੀਂ ਅੱਜ ਘਰ ਘਰ ਮੁਹਿੰਮ ਚਲਾਈ ਹੋਈ ਹੈ ਦਾਖਲੇ ਦੇ ਲਈ, ਪ੍ਰੇਰਿਤ ਕੀਤਾ ਜਾ ਰਿਹਾ ਲੋਕਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਲੈਣ ਲਈ। ਕੱਲ੍ਹ ਮੇਰੇ ਸਾਥੀ ਗੁਰਪ੍ਰੀਤ ਸਿੰਘ ਜਿਹੜੇ ਕਿ ਐੱਚ ਟੀ ਕੋਟਲੀ ਦੇਵਨ ਹੈ, ਉਹਨਾਂ ਨੇ ਇੱਕ ਈ ਰਿਕਸ਼ੇ 'ਤੇ ਪ੍ਰਚਾਰ ਕੀਤਾ ਸੀ ਕਿ ਅੱਜ ਅਸੀਂ ਇੱਕ ਦੂਜਾ ਰਿਕਸ਼ਾ ਲੈ ਕੇ ਜਿਹਦੇ ਅਸੀਂ ਪੱਠਾ ਨਿਰਾਲ ਜਾਂਦੇ ਹੁੰਦੇ ਹਾਂ ਉਹਦੇ 'ਤੇ ਪ੍ਰਚਾਰ ਕੀਤਾ, ਅਤੇ ਅਸੀਂ ਲੋਕਾਂ ਨੂੰ ਦੱਸਿਆ ਕਿ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਂਦੀ ਔਰ ਹਰੇਕ ਬੱਚੇ ਦੇ ਲਈ ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਹੈਗਾ ਮੁਹਿੰਮ ਕਿਤਾਬਾਂ ਹੈਗੀਆਂ ਅਤੇ ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਸਮਾਨ ਦਿੱਤਾ ਜਾ ਰਿਹਾ ਜਿਹਦੇ ਉਹ ਸਿੱਖਣ। ਈਵਨ ਕਿ ਸਕੂਲਾਂ ਦੇ ਵਿੱਚ ਐਸ ਅਸੀਂ ਟੈਬਲੇਟ ਵੀ ਦਿੱਤੇ ਆ ਸਕੂਲਾਂ ਦੇ ਵਿੱਚ ਸਰਕਾਰ ਨੇ, ਜਿੱਥੇ ਪਲੱਸ 1-2 ਵਾਲੇ ਦਿੱਤੇ ਆ ਉੱਥੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਕਈ ਸਕੂਲਾਂ 'ਚ ਟੈਬਲੇਟ ਦਿੱਤੇ ਆ। ਦੂਜੀ ਗੱਲ, ਹਰੇਕ ਸਕੂਲ ਦੇ ਵਿੱਚ ਪ੍ਰੋਜੈਕਟਰ ਰਾਹੀਂ ਪੜ੍ਹਾਇਆ ਜਾਂਦਾ ਹੈ, ਕਿਤੇ LED ਕਿਤੇ ਪ੍ਰੋਜੈਕਟਰ, ਕੋਈ ਨਾ ਕੋਈ ਚੀਜ਼ ਹਰੇਕ ਸਕੂਲ 'ਚ ਹੈਗੀ ਹੈ। ਇਸ ਤੋਂ ਬਿਨਾਂ ਗਿਣਤੀ ਹੈ ਜਿਹੜੀ, ਅੱਗੇ ਇੱਕ ਦੋ ਟੀਚਰ ਹੁੰਦੇ ਸੀ ਸਕੂਲਾਂ 'ਚ, ਹੁਣ ਗਿਣਤੀ ਦੇ ਹਿਸਾਬ ਨਾਲ ਹੈ। ਜਿੱਥੇ 100 ਮਤਲਬ ਬੱਚਾ ਹੈ ਉੱਥੇ ਜੇ 4 ਟੀਚਰ ਹੈ ਅਤੇ ਜੇ 150 ਹੋ ਗਿਆ ਉੱਥੇ ਤਾਂ ਆਟੋਮੈਟਿਕਲੀ ਵਿਭਾਗ ਵੱਲੋਂ 6 ਟੀਚਰ ਦਿੱਤੇ ਜਾਣਗੇ। ਮਤਲਬ ਪਹਿਲਾਂ ਵਾਲੀ ਅਜਿਹੀ ਕੋਈ ਗੱਲ ਨਹੀਂ ਕਿ ਹਰ ਤਰ੍ਹਾਂ ਦੀ ਸਹੂਲਤ ਹੈ। ਅਤੇ ਦੂਜੀ ਗੱਲ ਵੀ ਸਿਰਫ SC ਬੱਚਿਆਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਜਿਹੜੀਆਂ ਕਿਤਾਬਾਂ ਹਰੇਕ ਬੱਚੇ ਨੂੰ ਦਿੱਤੀਆਂ ਜਾਣੀਆਂ, ਵਰਦੀ ਹਰੇਕ ਬੱਚੇ ਨੂੰ ਦਿੱਤੀ ਜਾਣੀ ਹੈ, ਵਜ਼ੀਫਾ ਵੀ ਹਰੇਕ ਬੱਚੇ ਨੂੰ ਦਿੱਤਾ ਜਾਣਾ ਔਰ ਮਿਡ ਡੇ ਮੀਲ ਵੀ ਰੋਜ਼ ਦਿੱਤਾ ਜਾਂਦਾ। ਮਾੜੀ ਰਿਕਸ਼ਾ ਹੀ ਕਿਉਂ ਕਵਰ ਕੀਤੀ, ਤੁਸੀਂ ਤਾਂ ਕਾਰਾਂ ਵਾਲੇ ਹੋ। ਨਹੀਂ ਦੇਖੋ, ਅਸਲ 'ਚ ਇਹ ਗੱਲ ਸੀ ਜੀ ਵੀ ਸਾਡੇ ਨਾਲ ਜਿਹਦੇ ਸਕੂਲਾਂ ਅਸੀਂ ਜਦੋਂ ਪਿੰਡਾਂ 'ਚ ਜਾਣਾ ਹੁੰਦਾ, ਪਿੰਡਾਂ 'ਚ ਕਈ ਗਲੀਆਂ ਭੀੜੀਆਂ ਹੁੰਦੀਆਂ ਅਤੇ ਸਾਨੂੰ ਇਹ ਹੁੰਦਾ ਵੀ ਅਸੀਂ ਉਹਨਾਂ ਗਲੀਆਂ ਦੇ ਵਿੱਚ ਸੌਖੇ 'ਚ ਜਾ ਸਕੀਏ, ਕਿਉਂਕਿ ਸਾਡੇ ਕੋਲ ਇੱਕ ਮਾਈਕ ਨਾਲ ਸਪੀਕਰ ਹੈਗਾ ਅਤੇ ਅਸੀਂ ਉਹਦੇ ਨਾਲ ਕਾਰਾਂ ਨਾਲ ਇਹ ਸੰਭਵ ਨਹੀਂ ਸੀਗਾ, ਅਸੀਂ ਇਸ ਕਰਕੇ ਅਸੀਂ ਹਾਂ ਬਿਲਕੁਲ ਜੀ, ਸਾਡਾ ਮਕਸਦ ਆ ਅਸੀਂ ਹਰੇਕ ਘਰ 'ਤੇ ਪਹੁੰਚ ਗਏ। ਇਸ ਤੋਂ ਬਿਨਾਂ ਜੀ ਅਸੀਂ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਜਿਹਦੇ ਵਿੱਚ ਪਿੰਡ ਦੇ ਸਾਰੇ ਮੋਹਤਬਰ ਅਤੇ ਜਿਹਦੇ ਜਿਹਦੇ ਕੋਲ ਵੀ ਵਟਸ ਹੈਗਾ ਇਹੋ ਜਿਹਾ ਫੋਨ ਹੈ, ਸਮਾਰਟਫੋਨ ਹੈ, ਉਹਨੂੰ ਗਰੁੱਪ 'ਚ ਸ਼ਾਮਿਲ ਕੀਤਾ ਹੋਇਆ, ਅਸੀਂ ਹਰ ਤਰ੍ਹਾਂ ਦਾ ਸੁਨੇਹਾ ਉਹਨਾਂ ਨੂੰ ਦਿੰਦੇ। ਥਾਣਾ ਸਿੰਘ ਮੇਰਾ ਨਾਂ ਹੀ, ਪਿੰਡ ਭਲਾਈ ਦਾ ਸਰਪੰਚ ਹੈ ਮੈਂ ਜੀ। ਪ੍ਰਚਾਰ ਜਿਹੜਾ ਆਪਾਂ ਕੀਤਾ ਜੀ, ਪ੍ਰਚਾਰ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਜੀ। ਅਸੀਂ ਮੀਟਿੰਗ ਵੀ ਕਰਦੇ ਹਾਂ ਸਕੂਲ 'ਚ, ਆਏ ਮਹੀਨੇ ਮੀਟਿੰਗ ਕਰਦੇ ਹਾਂ, ਉੱਥੇ ਬਹੁਤ ਵਧੀਆ ਬੁਲਾਰੇ ਆਉਂਦੇ ਆ, ਸਾਰੇ ਬੱਚਿਆਂ ਨੂੰ ਪੁੱਛੀਦਾ ਵੀ ਤੁਹਾਨੂੰ ਸਹੂਲਤਾਂ ਮਿਲਦੀਆਂ, ਰੋਟੀ ਪਾਣੀ ਸਭ ਕੁਛ ਮਿਲਦਾ ਜੀ, ਲੀੜਾ ਕੱਪੜਾ ਵਰਦੀ ਮਿਲਦੀ ਹੈ ਜੀ। ਅਤੇ ਆਏ ਮਹੀਨੇ ਅਸੀਂ ਸਾਰੇ ਸਕੂਲ 'ਚ ਸਾਰੇ ਕਵਰ ਹੈ, ਸਾਰੀਆਂ ਜਮਾਤਾਂ ਨੂੰ ਪੁੱਛ ਕੇ ਵੀ ਤੁਹਾਡੀ ਪੜ੍ਹਾਈ ਵਧੀਆ, ਉਹ ਕਹਦੇ ਵੀ ਸਾਡੇ ਮਾਸਟਰ ਇੰਨੇ ਵਧੀਆ, ਬਹੁਤ ਵਧੀਆ ਮਾਸਟਰ ਆ, ਬਹੁਤ ਵਧੀਆ ਪੜ੍ਹਾਈ ਕਰਾਉਂਦੇ ਆ। ਜਿਵੇਂ ਗਲੀ ਗਲੀ ਪ੍ਰਚਾਰ ਕੀਤਾ, ਰਸ਼ਕਾ ਲੈ ਕੇ ਅਸੀਂ ਅੱਜ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਜੀ।